ਪਾਕਿਸਤਾਨ ਦੇ ਐਬਟਾਬਾਦ ਦੇ ਰਹਿਣ ਵਾਲੇ ਮੁਹੰਮਦ ਅਲੀ ਨਾਮ ਦੇ ਇੱਕ ਯੁਵਕ ਨੂੰ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਤੋਂ ਬਾਅਦ BSF ਨੇ ਲੁਧਿਆਣਾ ਆਬਜ਼ਰਵੇਸ਼ਨ ਹੋਮ ਜੇਲ੍ਹ ਦੇ ਵਿੱਚ ਰੱਖਿਆ ਸੀ ਔਰ ਇਸ ਤੋਂ ਬਾਅਦ ਉਸਦੀ ਸਜ਼ਾ ਜਿਹੜੀ ਆ ਪੂਰੀ ਹੋ ਚੁੱਕੀ ਆ। ਹੁਣ ਜਿਹੜਾ ਉਸਦਾ ਪਰਿਵਾਰ ਆ ਪਾਕਿਸਤਾਨ ਤੋਂ ਉਸਨੇ ਗੁਹਾਰ ਲਗਾਈ ਹੈ ਕਿ ਉਸ ਨੂੰ ਰਿਹਾ ਕੀਤਾ ਜਾਵੇ। ਹਾਲਾਂਕਿ ਮਾਮਲਾ ਜਿਹੜਾ ਹੈ ਗ੍ਰਹਿ ਵਿਭਾਗ ਦੇ ਕੋਲ ਪਹੁੰਚ ਚੁੱਕਿਆ ਔਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਲੁਧਿਆਣਾ ਦੇ ਆਬਜ਼ਰਵੇਸ਼ਨ ਹੋਮ ਦੇ ਵਿੱਚ ਉਹ ਮੁਹੰਮਦ ਅਲੀ ਨਾਮ ਦਾ ਬੱਚਾ ਜਿਹੜਾ ਉਹ ਜ਼ਰੂਰ ਬਣਦਾ। ਹਾਲਾਂਕਿ ਸਜ਼ਾ ਉਸਦੀ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਔਰ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਮੁਹੰਮਦ ਅਲੀ ਜੋ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਭਾਰਤ ਦੇ ਵਿੱਚ ਆ ਗਿਆ ਸੀ ਤਾਂ BSF ਦੇ ਵੱਲੋਂ ਇਸ ਨੂੰ ਫੜ ਲਿਆ ਗਿਆ ਸੀ, ਅੰਮ੍ਰਿਤਸਰ ਸੀਮਾ 'ਤੇ ਇਸ ਨੂੰ ਫੜਿਆ ਗਿਆ ਸੀ ਪਾਰ ਕਰਦੇ ਸਮੇਂ। ਤਾਂ ਹੁਣ ਜਿਹੜਾ ਲੁਧਿਆਣਾ ਦੇ ਸ਼ਿਮਲਾਪੁਰੀ ਬਾਲ ਸੁਧਾਰ ਘਰ ਦੇ ਵਿੱਚ ਇਸ ਨੂੰ ਰੱਖਿਆ ਗਿਆ ਤਾਂ ਪਰਿਵਾਰ ਜਿਹੜਾ ਉਹ ਕਿਤੇ ਨਾ ਕਿਤੇ ਮੰਗ ਕਰ ਰਿਹਾ ਕਿ ਇਸ ਨੂੰ ਜਿਹੜਾ ਛੱਡਿਆ ਜਾਵੇ। ਤਾਂ ਇਹ ਕਿਹਾ ਜਾ ਸਕਦਾ ਕਿ ਹੁਣ ਜਿਹੜਾ ਮੁਹੰਮਦ ਅਲੀ ਹੈ ਲੁਧਿਆਣਾ ਦੇ ਆਬਜ਼ਰਵੇਸ਼ਨ ਹੋਮ ਦੇ ਵਿੱਚ ਜਿਹੜਾ ਉਸ ਨੂੰ ਰੱਖਿਆ ਗਿਆ। ਤਾਂ ਆਖਿਰ ਕਿੱਥੇ ਤੱਕ ਜਿਹੜੀ ਇਹ ਸਜ਼ਾ ਜਿਹੜੀ ਹੈ ਉਸਦੀ ਸੀਗੀ ਔਰ ਕੀ ਪੂਰਾ ਮਾਮਲਾ ਸੀ ਇਸ ਨੂੰ ਲੈ ਕੇ ਵੀ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਆਬਜ਼ਰਵੇਸ਼ਨ ਹੋਮ ਦੇ ਵਿੱਚ ਰੱਖਿਆ ਗਿਆ। ਸਾਡੇ ਨਾਲ ਜੇਲ੍ਹ ਦੇ ਸੁਪਰੀਡੈਂਟ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਫੋਨ 'ਤੇ ਮੌਜੂਦ ਨੇ ਸਰ। ਹੈਲੋ, ਹਾਂਜੀ ਹਾਂਜੀ ਸਰ, ਮੈਂ ਨਿਊਜ਼ 18 ਤੋਂ ਰਜਿੰਦਰ ਗੱਲ ਕਰ ਰਿਹਾ ਜੀ। ਹਾਂਜੀ ਦੱਸੋ ਜੀ। ਸਰ, ਇੱਕ ਜਾਣਕਾਰੀ ਲੈਣੀ ਸੀ ਕਿ ਇੱਕ ਤੁਹਾਡੇ ਕੋਲ ਪਾਕਿਸਤਾਨ ਦਾ ਬੱਚਾ ਮੁਹੰਮਦ ਅਲੀ ਨਾਮ ਦਾ, ਉਹ ਸਰ ਦੱਸੋਗੇ ਪੂਰਾ ਮਾਮਲਾ ਉਹਦਾ? ਹਾਂਜੀ, ਇੱਕ ਬੱਚਾ ਨਾ ਲਾਸਟ ਈਅਰ ਆਇਆ ਸੀਗਾ ਸਾਡੇ ਕੋਲ, ਬੋਰਡਰ ਕ੍ਰੋਸ ਕਰਕੇ ਆ ਗਿਆ ਸੀਗਾ ਜੀ, ਤੇ ਹੁਣ ਕੇਸ 'ਚੋਂ ਬਰੀ ਹੋ ਚੁੱਕਿਆ ਉਹ, ਤੇ ਉਹਨੂੰ ਸ਼ਿਫਟਿੰਗ ਦਾ ਪ੍ਰੋਸੈਸ ਚੱਲ ਰਿਹਾ ਉਹਦਾ ਜੀ ਪਾਕਿਸਤਾਨ, ਉਹਦਾ ਕਾਉਂਸਲਿੰਗ ਸੈਸ ਵੀ ਹੋ ਚੁੱਕਿਆ। ਸਰ, ਮਿਨਿਸਟਰੀ ਹੋਮ ਅਫੇਅਰ ਕੋਲ ਕੇਸ ਆ ਜੀ, ਫਸੋਂ ਜਲਦੀ ਸ਼ਿਫਟ ਹੋ ਜੂਗਾ। ਸਰ, ਇਹ ਵੀ ਕਿਹਾ ਜਾ ਰਿਹਾ ਕਿ BSF ਦੇ ਵੱਲੋਂ ਇਹ ਬੱਚਾ ਜਿਹੜਾ 1 ਸਾਲ ਪਹਿਲਾਂ ਇੱਥੇ ਲਿਆਂਦਾ ਗਿਆ ਸੀ ਤੁਹਾਡੇ ਕੋਲ? BSF ਵੱਲੋਂ ਅੰਮ੍ਰਿਤਸਰ ਫੜਿਆ ਗਿਆ ਸੀ ਬਾਰਡਰ 'ਤੇ ਜੀ ਜੀ ਹਾਂਜੀ, ਫਿਰ ਅੰਡਰ ਟ੍ਰਾਇਲ ਸੀਗਾ ਇਹ, ਫਿਰ ਉਹ ਸਾਡੇ ਕੋਲ ਆ ਗਿਆ ਸੀਗਾ, ਫਿਰ ਕੇਸ 'ਚੋਂ ਬਰੀ ਹੋ ਚੁੱਕਿਆ। ਅਤੇ ਹੁਣ ਸਰ ਕੀ ਪ੍ਰੋਸੈਸ ਚੱਲ ਰਿਹਾ ਇਹਦੇ ਵਿੱਚ, ਕਿੱਥੇ ਤੱਕ ਜਿਹੜਾ ਉਹਦਾ ਪਰਿਵਾਰ ਵੀ ਇਨਸਾਫ ਦੀ ਮੰਗ ਕਰ ਰਿਹਾ? ਹਾਂਜੀ, ਹੁਣ ਮਿਨਿਸਟਰੀ ਹੋਮ ਅਫੇਅਰ ਕੋਲ ਚੱਲ ਰਿਹਾ ਜੀ ਇਹਨਾਂ ਦਾ, ਜੋ ਫਾਰਮੈਲਿਟੀ ਵਗੈਰਾ ਹੋਣਗੇ ਕੰਪਲੀਟ ਹੋਣ ਤੋਂ ਬਾਅਦ ਇਹਨੂੰ ਸ਼ਿਫਟ ਕਰਤਾ ਜਾਊਗਾ ਪਾਕਿਸਤਾਨ। ਸਜ਼ਾ ਪੂਰੀ ਹੋ ਚੁੱਕੀ ਹੈ ਜੀ ਉਹਦੀ? ਹਾਂਜੀ ਹਾਂਜੀ, ਸਜ਼ਾ ਬਰੀ ਹੋ ਚੁੱਕੀ ਹੈ ਜੀ, ਬਰੀ ਹੋ ਚੁੱਕਿਆ। ਥੈਂਕ ਯੂ ਜੀ, ਥੈਂਕ ਯੂ। ਤਾਂ ਜੇਲ੍ਹ ਦੇ ਜਿਹੜੇ ਸੁਪਰੀਡੈਂਟ ਨੇ ਉਹ ਜ਼ਰੂਰ ਆਪਣੀ ਜਿਹੜੀ ਆ ਗੱਲ ਸਾਂਝੀ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਸਜ਼ਾ ਪੂਰੀ ਹੋ ਚੁੱਕੀ ਹੈ ਲੇਕਿਨ ਮਾਮਲਾ ਜਿਹੜਾ ਗ੍ਰਹਿ ਵਿਭਾਗ ਦੇ ਕੋਲ ਹੈ ਉਸ ਨੂੰ ਜਿਹੜਾ ਪਾਕਿਸਤਾਨ ਵਾਪਸ ਭੇਜਣ ਦੀ ਜਿਹੜੀ ਤਿਆਰੀ ਹੈ ਉਸਦਾ ਪ੍ਰੋਸੈਸ ਜਿਹੜਾ ਜ਼ਰੂਰ ਚੱਲ ਰਿਹਾ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਮੁਹੰਮਦ ਅਲੀ ਜਿਹੜਾ ਲੁਧਿਆਣਾ ਦੇ ਆਬਜ਼ਰਵੇਸ਼ਨ ਹੋਮ ਜੇਲ੍ਹ ਦੇ ਵਿੱਚ ਜ਼ਰੂਰ ਬੰਦ ਹੈਗਾ ਤਾਂ ਸਜ਼ਾ ਉਸਦੀ ਪੂਰੀ ਹੋ ਚੁੱਕੀ ਹੈ। ਉਸਦੇ ਵੱਲੋਂ ਜਿਹੜੀ ਸਰਹੱਦ ਪਾਰ ਕਰਨ ਉਪਰੰਤ ਉਸਨੂੰ ਜਿਹੜਾ ਕਾਬੂ ਕੀਤਾ ਗਿਆ ਸੀ ਪਰ ਪਰਿਵਾਰ ਨੇ ਜਿਹੜਾ ਇਨਸਾਫ ਦੀ ਜ਼ਰੂਰ ਮੰਗ ਕੀਤੀ ਆ ਔਰ ਪਾਕਿਸਤਾਨ ਦਾ ਰਹਿਣ ਵਾਲਾ ਹੈ ਮੁਹੰਮਦ ਅਲੀ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਸ ਦੇ ਵਿੱਚ ਭਾਰਤ ਸਰਕਾਰ ਕੋਈ ਫੈਸਲਾ ਲੈਂਦੀ ਆ ਜਾਂ ਕਦੋਂ ਤੱਕ ਮੁਹੰਮਦ ਅਲੀ ਪਾਕਿਸਤਾਨ ਵਾਪਸ ਪਹੁੰਚਦਾ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਨਿਊਜ਼ 18 ਪੰਜਾਬ।